ਸਤਿ ਸ਼੍ਰੀ ਅਕਾਲ। ਅੱਜ ਸਾਡੇ ਵਿਚਾਰ ਚਰਚਾ ਦੇ ਵਿੱਚ ਸਾਡੇ ਵਿੱਚ ਕਰਨਲ ਜੈਬੰਸ ਜੀ, ਜੋ ਕਿ ਪੰਜਾਬ ਪੁਲਿਸ ਦੇ ਐਡੀਟਰ ਇਨ ਚੀਫ ਹੈ ਔਰ ਪੰਜਾਬ ਦੇ ਵਿੱਚ ਰਹਿੰਦੇ ਹੈ, ਪਟਿਆਲੇ ਦੇ ਵਿੱਚ ਉਹਨਾਂ ਦਾ ਨਿਵਾਸ ਹੈ ਔਰ ਪੰਜਾਬ ਦੀ ਨਬਜ਼ ਵੀ ਸਮਝਦੇ ਆ ਔਰ ਪੰਜਾਬ ਦੀ ਗੱਲ ਵੀ ਕਰਦੇ ਆ, ਅਪਣਾਉਂਦੇ ਵੀ ਹੈ, ਜਿੰਦੇ ਵੀ ਹੈ। ਕਰਨਲ ਜੈਬੰਸ ਜੀ, ਪਿਛਲੇ ਦਿਨਾਂ ਇੱਕ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਆਪਾਂ ਪੂਰੇ ਦੇਸ਼ ਨੇ ਵੀ ਦੇਖੀ ਹੈ। ਉਸਨੂੰ 295 ਏ ਦੇ ਵਿੱਚ ਬਦਲ ਦਿੱਤਾ ਗਿਆ ਹੈ। ਕੁੜੀ ਅਰਚਨਾ ਸੀਗੀ, ਉੱਥੇ ਜਾ ਕੇ ਉਹਨੇ ਦਰਬਾਰ ਸਾਹਿਬ ਦੇ ਵਿੱਚ 21 ਜੂਨ ਨੂੰ ਇੰਟਰਨੈਸ਼ਨਲ ਯੋਗਾ ਡੇ ਦੇ ਦਿਨ ਸ਼ੀਸ਼ ਆਸਨ ਕੀਤਾ। ਉਸ ਤੋਂ ਇੱਕ ਦਿਨ ਬਾਅਦ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਗੱਲ ਹਾਈਲਾਈਟ ਹੋਈ ਤੇ SGPC ਨੇ ਉਹਦੇ ਉੱਪਰ 295 ਦਾ ਮੁਕੱਦਮਾ ਦਰਜ ਕਰਤਾ। ਇਸ ਮੁਕੱਦਮਾ ਦਰਜ ਹੋਣ ਦੇ ਉੱਪਰ ਤੁਹਾਡਾ ਕਰਨਲ ਸਾਹਿਬ ਕਿਆ ਇਨਟੇਕ ਹੈ? ਕਰਨਲ ਜੈਵਨ ਜੀ, ਤੁਹਾਡਾ ਕਿਆ ਟੇਕ? ਥੈਂਕ ਯੂ ਵੈਰੀ ਮਚ ਸਟੈਂਡਰ ਜੀ। ਅੱਜ ਅੱਛਾ ਲੱਗ ਰਿਹਾ ਹੈ ਪੰਜਾਬ ਪੁਲਿਸ 'ਚ ਆ ਕੇ, ਤੇ ਹਮੇਸ਼ਾ ਹੀ ਮੈਂ ਤੁਹਾਡੇ ਵਾਸਤੇ ਤਿਆਰ ਰਹਿਣਾ। ਅੱਜ ਤੁਸੀਂ ਮੈਨੂੰ ਇੱਕ ਬਹੁਤ ਹੀ ਸੈਂਸਿਟਿਵ ਟੌਪਿਕ ਦੇ ਉੱਤੇ ਗੱਲ ਕਰਨ ਵਾਸਤੇ ਇਨਵਾਈਟ ਕੀਤਾ ਹੈ, ਪਰ ਮੈਂ ਉਹਨੂੰ ਕਰਾਂਗਾ ਆਪਣੇ ਆਪਣੇ ਵੱਲੋਂ ਜਿੱਦਾਂ ਬੈਸਟ ਹੋ ਸਕਦਾ ਹੈ। ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦਾ ਸਿੰਦਰ ਜੀ ਕਿ ਮੈਂ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਦੇ ਨਾਲ ਜੁੜਿਆ ਹੋਇਆ, ਆਰਗੇਨਾਈਜੇਸ਼ਨਸ ਦੇ ਨਾਲ ਜੁੜਿਆ, ਪਰ ਅੱਜ ਜੋ ਮੈਂ ਕਹਾਂਗਾ ਇਹ ਮੇਰਾ ਇੱਕ ਵਿਅਕਤੀਗਤ ਓਪੀਨੀਅਨ ਹੈ, ਮੇਰਾ ਪਰਸਨਲ ਓਪੀਨੀਅਨ ਹੈ ਇਸ ਸੈਂਸਿਟਿਵ ਇਸ਼ੂ ਦੇ ਉੱਤੇ ਐਜ਼ ਅ ਸਿੱਖ ਐਂਡ ਐਜ਼ ਅ ਵੈਲਵਿਸ਼ਰ ਆਫ ਪੰਜਾਬ। ਤੇ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਸਾਡੇ SGPC ਦੇ ਨੁਮਾਇੰਦੇ ਨੇ, ਜਿਹੜੇ ਉੱਥੇ ਆਫਿਸ ਬੇਅਰਰਸ ਨੇ, ਉਹ ਮੇਰੇ ਹਿਸਾਬ ਦੇ ਨਾਲ ਬੜੇ ਮੈਚੋਰ ਨੇ, ਬੜਾ ਬਾਖੂਬੀ ਬਹੁਤ ਚੰਗਾ ਕੰਮ ਕਰ ਰਹੇ ਨੇ, ਬੜੇ ਤਰੀਕੇ ਦੇ ਨਾਲ ਉਹ ਕਰਦੇ ਨੇ, ਤੇ ਮੈਂ ਕਿਸੇ ਦੇ ਉੱਤੇ ਕੋਈ ਇਲਜ਼ਾਮ ਨਹੀਂ ਲਗਾਉਣਾ ਚਾਹੁੰਦਾ ਉਹਨਾਂ ਦੇ ਉੱਤੇ ਜਾਂ ਵਿਕਟਿਮ ਦੇ ਉੱਤੇ ਜਾਂ ਜਿਹੜੀ ਬੱਚੀ ਨੇ ਯੋਗਾ ਕੀਤਾ ਉਹਦੇ ਤੇ। ਮੈਂ ਤੇ ਸਿਰਫ ਆਪਣਾ ਇੱਕ ਪੁਆਇੰਟ ਆਫ ਵਿਊ ਦੇਣਾ ਚਾਹੁੰਦਾ। ਇਹ ਕਹਿੰਦੇ ਹੋਏ ਮੈਂ ਸਭ ਤੋਂ ਪਹਿਲੇ ਤੇ ਸਟੇਟਮੈਂਟ ਦਵਾਂਗਾ ਸਤਿੰਦਰ ਜੀ ਕਿ ਬੇਸ਼ੱਕ ਇਨਸਾਨ ਗੁਰਦੁਆਰੇ 'ਚ ਜਾਏ ਜਾਂ ਮੰਦਿਰ 'ਚ ਜਾਏ ਜਾਂ ਚਰਚ 'ਚ ਜਾਏ, ਕਿਤੇ ਵੀ ਜਾਏ, ਕੁਛ ਤੇ ਇਨਸਾਨ ਨੂੰ ਆਟੋਮੈਟਿਕਲੀ ਹੋ ਜਾਂਦਾ ਹੈ, ਕੁਛ ਥੋੜਾ ਖਿਆਲ ਵੀ ਰੱਖਣਾ ਹੁੰਦਾ ਹੈ ਕਿ ਉਹ ਬੜੀ ਇੱਕ ਸੋਬਰ ਜਗ੍ਹਾ ਹੁੰਦੀ ਹੈ, ਬਹੁਤ ਇੱਕ ਇੱਕ ਹੋਲੀ ਪਲੇਸ ਹੁੰਦੀ ਹੈ, ਤੇ ਉੱਥੇ ਤੁਹਾਡੀ ਜਿਹੜਾ ਬਿਹੇਵੀਅਰ ਹੈ ਉਹ ਸੋਬਰ ਹੋਣਾ ਚਾਹੀਦਾ ਹੈ, ਉਹ ਥੋੜਾ ਮੈਚਿਓਰ ਹੋਣਾ ਚਾਹੀਦਾ ਹੈ। ਇਹ ਗੱਲ ਤੇ ਸਾਰਿਆਂ ਨੂੰ ਇਹਦਾ ਧਿਆਨ ਕਰਨਾ ਚਾਹੀਦਾ ਹੈ, ਤੇ ਕਿਤੇ ਵੀ ਚਲੇ ਜਾਓ ਇਹ ਜ਼ਰੂਰੀ ਹੈ। ਸੋ ਉਸ ਹੱਦ ਤੱਕ ਕਿ ਤੁਸੀਂ ਕੋਈ ਦੂਸਰਾ ਉੱਥੇ ਕੰਮ ਕਰ ਰਹੇ ਹੋ, ਮੈਂ ਤੇ ਕਹਿੰਦਾ ਕਿ ਗਏ ਹੋ ਤੇ ਜਾਓ, ਜਾ ਕੇ ਆਪਣਾ ਨਸਮਸਤਕ ਹੋ, ਆਪਣਾ ਪ੍ਰੇਅਰ ਕਰੋ, ਆਪਣੇ ਗੁਰੂਆਂ ਦੇ ਨਾਲ ਇੱਕ ਹੋ, ਆਪਣੇ ਭਗਵਾਨ ਦੇ ਨਾਲ ਇੱਕ ਹੋ, ਤੇ ਆਪਣਾ ਪ੍ਰਸ਼ਾਦ ਲਓ ਤੇ ਵਾਪਸ ਆ ਜਾਓ। ਇੰਨਾ ਕੀ ਕੰਮ ਹੁੰਦਾ ਹੈ, ਤੇ ਉਹਦੇ ਵਿੱਚ ਕੋਈ ਐਕਸਟਰਾ ਕੁਛ ਆਪਣੇ ਆਪ ਨੂੰ ਅੱਗੇ ਕਰਨ ਦਾ ਕੋਈ ਜ਼ਰੂਰਤ ਨਹੀਂ ਹੁੰਦੀ। ਪਰ ਇਹ ਕਹਿਣ ਦੇ ਬਾਅਦ ਦੂਸਰੀ ਗੱਲ ਹੈ ਕਿ ਦੂਸਰਾ ਤਰੀਕਾ ਦੇਖੋ ਕਿ ਦੁਨੀਆ ਬਦਲਦੀ ਜਾ ਰਹੀ ਹੈ। ਹੁਣ ਇਸ ਵੇਲੇ ਸਤਿੰਦਰ ਜੀ ਦੇਖੋ, ਸਾਡੇ ਹਿੰਦੁਸਤਾਨ ਦੇ ਵਿੱਚ ਬਾਹਰ ਦੇ ਲੋਕ ਜਾਂਦੇ ਨੇ, ਕਿਤੇ ਵੀ ਜਾਂਦੇ ਨੇ, ਤੇ ਉਹਨਾਂ ਨੂੰ ਛੁੱਟੀਆਂ ਪੈਂਦੀਆਂ ਨੇ, ਤੇ ਉਹ ਘੁੰਮਣ ਫਿਰਨ ਕਿਸੇ ਨਵੀਂ ਜਗ੍ਹਾ ਚਲੇ ਜਾਂਦੇ ਨੇ। ਹਿੰਦੁਸਤਾਨ 'ਚ ਇੱਕ ਬੜੀ ਵੱਡੀ ਪਰੰਪਰਾ ਹੈ ਕਿ ਲੋਕ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਰਿਲੀਜੀਅਸ ਪਲੇਸਿਸ ਦੇ ਉੱਤੇ, ਇਹਨੂੰ ਕਹਿੰਦੇ ਨੇ ਰਿਲੀਜੀਅਸ ਟੂਰਿਜ਼ਮ। ਤੇ ਬੇਸ਼ੱਕ ਉਹ ਮਾਤਾ ਵੈਸ਼ਨੋ ਦੇਵੀ ਹੋਏ ਕਿ ਪਟਿਆਲੇ ਦਾ ਕਾਲੀ ਮਾਤਾ ਦਾ ਮੰਦਿਰ ਹੋਏ ਜਾਂ ਕੋਈ ਦੂਸਰਾ ਧਾਮ ਹੋਏ, ਕੋਈ ਤਖਤ ਹੋਏ, ਸ੍ਰੀ ਹਰਿਮੰਦਰ ਸਾਹਿਬ ਹੋਏ, ਲੋਕ ਸਪੈਸ਼ਲੀ ਹੋਲੀਡੇ ਮਨਾਉਣ ਦੇ ਮੂਡ ਦੇ ਵਿੱਚ ਉੱਥੇ ਜਾਂਦੇ ਨੇ।
ਤੇ ਜਿਹੜਾ ਜਿਹੜਾ ਬੰਦਾ ਥੋੜਾ ਜਿਹਾ ਸੀਨੀਅਰ ਹੁੰਦਾ ਹੈ ਉਹ ਤੇ ਸਮਝਦਾ ਹੈ, ਪਰ ਬੱਚੇ ਤੇ ਹੌਲੀਡੇ ਮੂਡ ਦੇ ਵਿੱਚ ਹੁੰਦੇ ਨੇ ਤੇ ਉਹ ਕਈ ਕੁਝ ਐਸੀਆਂ ਆਪਣੀ ਐਗਜੂਬਰੈਂਸ ਦੇ ਵਿੱਚ ਆਪਣੀ ਉਹਦੇ ਵਿੱਚ ਕਈ ਐਸੀਆਂ ਗੱਲਾਂ ਕਰ ਦਿੰਦੇ ਨੇ, ਕਿਤੇ ਵੀ ਕਰ ਦਿੰਦੇ ਨੇ ਜੋ ਕਿ ਸ਼ਾਇਦ ਕੋਈ ਬਹੁਤ ਚੰਗੀਆਂ ਨਾ ਹੋਣ, ਪਰ ਉਹਨਾਂ ਵਾਸਤੇ ਵੀ ਇੱਕ ਲਰਨਿੰਗ ਐਕਸਪੀਰੀਅੰਸ ਹੁੰਦਾ ਹੈ। ਉਹ ਕੁਝ ਗਲਤੀ ਕਰਦੇ ਨੇ ਤੇ ਉਹਨਾਂ ਦੇ ਮਾਂ ਪਿਓ ਜਾਂ ਉਸ ਜਗ੍ਹਾ ਦੇ ਸੇਵਾਦਾਰ ਉਹਨਾਂ ਨੂੰ ਰੋਕਦੇ ਨੇ ਤੇ ਉਹਨਾਂ ਨੂੰ ਅੱਗੇ ਦੇ ਵਾਸਤੇ ਕੁਝ ਪਤਾ ਲੱਗ ਜਾਂਦਾ ਹੈ। ਸਤਿੰਦਰ ਜੀ, ਹੁਣ ਅਸੀਂ ਸਾਰੇ ਇੱਥੇ ਬੈਠੇ ਹਾਂ ਚਿੱਟੀਆਂ ਦਾੜੀਆਂ ਕਰਕੇ, ਅਸੀਂ ਇਹ ਤੇ ਨਹੀਂ ਨਾ ਭੁੱਲ ਸਕਦੇ ਕਿ ਕਦੀ ਅਸੀਂ ਵੀ 15-20 ਸਾਲ ਦੇ ਸੀਗੇ ਤੇ ਕਿੱਦਾਂ ਸਾਨੂੰ ਸਾਡੇ ਮਾਂ ਪਿਓ ਕੋਲੋਂ ਤੇ ਸਾਡੇ ਵੱਡੇ ਬਜ਼ੁਰਗਾਂ ਕੋਲੋਂ ਛਿੱਤਰ ਪੈਂਦੇ ਸੀ। ਕੋਈ ਅਸੀਂ ਕੋਈ ਚੱਜ ਦੀ ਗੱਲ ਤੇ ਉਦੋਂ ਨਹੀਂ ਸੀ ਕਰਦੇ, ਚੱਜ ਦੀ ਗੱਲ ਤੇ ਅਸੀਂ ਹਜੇ ਵੀ ਨਹੀਂ ਕਰਦੇ। ਰੋਜ਼ ਅਸੀਂ ਗਲਤੀਆਂ ਕਰਦੇ ਹਾਂ ਤੇ ਰੋਜ਼ ਬਾਬੇ ਕੋਲੋਂ ਅਸੀਂ ਮਾਫੀ ਮੰਗਦੇ ਹਾਂ, ਹੈ ਭੁੱਲ ਚੁੱਕ ਦੇ ਮਾਫੀ ਦੀ ਅਰਦਾਸ ਕਰਦੇ ਹਾਂ। ਤੇ ਇਹ ਜਿਹੜੀ ਗੱਲ ਹੁੰਦੀ ਹੈ ਨਾ, ਬਾਬਾ ਅਪਾਰ ਹੈ, ਸਾਡੇ ਗੁਰੂ, ਸਾਡੇ ਪੀਰ, ਸਾਡਾ ਭਗਵਾਨ ਅਪਾਰ ਹੈ, ਉਹ ਸਾਨੂੰ ਹਮੇਸ਼ਾ ਮਾਫ ਕਰਨ ਵਾਸਤੇ ਤਿਆਰ ਹੈ। ਤੇ ਇਸ ਵਾਸਤੇ ਸਾਡੇ ਵਿੱਚ ਵੀ ਉਹ ਹਿਊਮਿਲਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਜੋ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਮਾਫ ਕਰਨ ਦੀ ਸ਼ਮਤਾ ਰੱਖੀਏ। ਸੋ ਇਸ ਗੱਲ ਦੇ ਵਿੱਚ ਇਹਦਾ ਕਹਿ ਕੇ ਮੈਂ ਇਹ ਸਮਝਦਾ ਕਿ ਜੋ ਵੀ ਉਹਨੇ ਲੜਕੀ ਨੇ ਕੀਤਾ ਹੈ, ਬੱਚੀ ਨੇ ਕੀਤਾ ਹੈ, ਉਹ ਠੀਕ ਨਹੀਂ ਸੀਗਾ। ਸਾਡੀ ਧੀ ਰਾਣੀ ਹੈ, ਉਹਨੂੰ ਜਾਂ ਤੇ ਟਾਈਮ ਸਿਰ ਰੋਕ ਲੈਣਾ ਚਾਹੀਦਾ ਸੀਗਾ, ਤੇ ਜਾਂ ਅਗਰ ਉਹ ਚਲੇ ਗਈ ਸੀਗੀ ਤੇ ਉਹਦੇ ਪਿੱਛੇ ਕਿਸੇ ਨੂੰ ਭੇਜ ਦਿੰਦੇ, ਬਥੇਰੇ ਪੈਸੇ ਨੇ SGPC ਕੋਲ, ਉਹਨੂੰ ਕਹਿ ਦਿੰਦੇ ਕਿ ਭਈ ਇਹਨੂੰ ਵੀਡੀਓ ਨੂੰ ਤੂੰ ਡਿਲੀਟ ਕਰ ਦੇ, ਤੇ ਗੱਲ ਉੱਥੇ ਮੁੱਕ ਜਾਂਦੀ ਹੈ। ਇਸ ਤਰੀਕੇ ਦੇ ਨਾਲ ਹੁਣ ਇਸ ਵੇਲੇ ਮੈਂ ਦੇਖ ਰਿਹਾ ਕਿ ਉਹਦੀ ਬੱਚੀ ਦੇ ਜਿਹੜੇ ਮੈਂ 2-3 ਵੀਡੀਓ ਦੇਖੇ ਨੇ ਕਿ ਉਹਦੇ ਉੱਤੇ ਮਾਨਸਿਕਤਾ, ਉਹਦੀ ਮਾਨਸਿਕਤਾ ਦੇ ਉੱਤੇ ਉਹਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਤੇ ਇਹ ਤੇ ਸਾਡਾ ਕੰਮ ਨਹੀਂ ਹੈ ਨਾ ਕਿ ਇਸ ਤਰੀਕੇ ਦੇ ਨਾਲ ਇਨਸਾਨ ਨੂੰ ਬੇਇੱਜ਼ਤ ਕਰੋ, ਉਹਨੂੰ ਇਨਸਿਕਿਓਰ ਕਰੋ। ਉਹ ਤੇ ਆਪਣੇ ਆਏ ਸੀਗੇ, ਕਿਸੇ ਆਪਣੀ ਸ਼ਰਧਾ ਦੇ ਨਾਲ ਆਏ ਸੀਗੇ, ਚਲੋ ਸ਼ਰਧਾ ਠੀਕ ਨਹੀਂ ਸੀਗੀ, ਉਹਨਾਂ ਨੂੰ ਸਹੀ ਰਸਤੇ ਪਾ ਕੇ ਤੇ ਕੰਮ ਖਤਮ ਕਰ ਦੇਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ। ਇਸ ਵਿਸ਼ੇ ਦੇ ਵਿੱਚ ਜਿਹੜਾ SGPC ਨੇ FIR ਦਰਜ ਕਰਾਈ ਹੈ, ਤੁਹਾਨੂੰ ਕੀ ਲੱਗਦਾ ਵੀ SGPC ਨੂੰ ਕਰਨਾ ਕੀ ਚਾਹੀਦਾ ਸੀ? ਦੇਖੋ, SGPC ਜੋ ਆਪਣਾ ਸਹੀ ਸਮਝਦੀ ਹੈ ਉਹ ਕਰੇ, ਪਰ ਇਹ ਤੋਂ ਪਹਿਲੇ ਵੀ ਬਹੁਤ ਐਸੇ ਇੰਸਟੈਂਸਿਸ ਹੋਏ ਨੇ। ਹੁਣ ਵੀ ਮੈਂ ਦੇਖ ਰਿਹਾ ਵੀਡੀਓ ਲਾਉਂਦੇ ਨੇ, ਕਦੀ ਕੋਈ ਅੰਗਰੇਜ਼ ਉੱਥੇ ਕੁਛ ਕਰ ਰਿਹਾ, ਕਦੀ ਕੁਛ ਕਰ ਰਿਹਾ, ਕਦੀ ਅਸੀਂ ਸਰੋਪਾ ਦੇ ਰਹੇ ਹਾਂ। ਗੁਰੂ ਘਰ ਦੇ ਵਿੱਚ ਆਏ ਹੋਏ ਕਿਸੇ ਵੀ ਬੰਦੇ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਦੇਣ ਦਾ ਕੀ ਮਤਲਬ ਹੁੰਦਾ ਹੈ? ਕੋਈ ਮਤਲਬ ਨਹੀਂ ਹੁੰਦਾ। ਲੋਕ ਸਾਈਡ ਦੇ ਉੱਤੇ ਬਹਿ ਕੇ ਆਪਣੇ ਆਪਣਾ ਆਪਣੀ ਸਾਧਨਾ ਵੀ ਕਰਦੇ ਨੇ, ਉਸੇ ਤਰੀਕੇ ਨਾਲ ਯੋਗਿਕ ਪੋਜ਼ ਦੇ ਨਾਲ ਸਾਈਡ ਤੇ ਬਹਿ ਕੇ ਸਾਧਨਾ ਕਰਦੇ ਨੇ। ਸੋ ਬਹੁਤ ਕੁਛ ਹੁੰਦਾ ਹੈ। ਅਗਰ ਉਹਨਾਂ ਦੇ ਉੱਤੇ ਵੀ FIR ਨਹੀਂ ਹੋਇਆ ਤੇ ਇਹਨੂੰ, ਲੜਕੀ ਨੂੰ, ਇਸ ਬੱਚੀ ਨੂੰ ਇਸ ਤਰੀਕੇ ਦੇ ਨਾਲ ਸਾਈਡ ਤੇ ਕਰਕੇ FIR, ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ ਹੈ ਕਿ ਮਾਫ਼ ਕਰਨਾ ਤੇ ਸਹੀ ਰਸਤੇ ਪਾਉਣਾ ਸਾਡੇ ਬਜ਼ੁਰਗਾਂ ਦਾ ਕੰਮ ਹੈਗਾ। ਅਸੀਂ ਸਾਰੇ ਬਜ਼ੁਰਗ ਹਾਂ, ਉੱਥੇ ਵੀ ਸਾਡੀ ਉਮਰ ਦੇ ਹੀ ਬੰਦੇ ਬੈਠੇ ਨੇ, ਬੜੇ ਸੀਨੀਅਰ ਬੰਦੇ ਨੇ, ਉਹਦੇ ਦਾਦੇ ਦੀ ਉਮਰ ਦੇ ਨੇ ਉਸ ਬੱਚੀ ਦੇ, ਤੇ ਮੇਰੇ ਹਿਸਾਬ ਦੇ ਨਾਲ ਤੇ ਉਹਨੂੰ ਸਹੀ ਰਸਤਾ ਦਿਖਾਉਣਾ ਚਾਹੀਦਾ ਸੀਗਾ। ਇਸ ਗੱਲ ਦੇ ਵਿੱਚ ਕੋਈ ਅਪਰਾਧ ਨਹੀਂ ਹੈ ਜਿਹੜਾ ਉਹਨੇ ਕਰ ਦਿੱਤਾ ਹੈ ਕਿ ਉਹਦੇ ਉੱਤੇ FIR ਹੋਏ। ਉਹਨੂੰ ਸਹੀ ਰਸਤਾ ਦਿਖਾਉਣਾ ਸੀਗਾ। ਮੈਂ ਕਹਿੰਦਾ ਕਿ ਹਾਂ ਠੀਕ ਹੈ, ਸ਼ਾਇਦ ਉਹਨੇ ਮਰਿਆਦਾ ਦਾ ਉਲੰਘਣ ਕੀਤਾ ਹੋਏ, ਪਰ ਫਿਰ ਇਹ ਵੀ ਗੱਲ ਹੈ ਕਿ ਇਹ ਮਰਿਆਦਾ ਕਿਧਰੇ ਲਿਖੀ ਹੋਈ ਸੀਗੀ ਕਿ ਤੁਸੀਂ ਅੰਦਰ ਯੋਗਾ ਨਹੀਂ ਕਰ ਸਕਦੇ? ਅਗਰ ਹੈਗੀ ਸੀਗੀ ਤੇ ਦੂਸਰੀ ਗੱਲ ਹੈ। ਹਾਂ, ਇਹ ਮੈਨੂੰ ਪਤਾ ਹੈ ਕਿ ਇਹ ਲਿਖਿਆ ਹੋਇਆ ਕਿ ਤੁਸੀਂ ਉੱਥੇ ਰਿਕਾਰਡਿੰਗ ਨਹੀਂ ਕਰ ਸਕਦੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਪਰ ਇਹ ਕਿਧਰੇ ਲਿਖਿਆ ਕਿ ਯੋਗਾ ਨਹੀਂ ਕਰ ਸਕਦੇ? ਤੋ ਮੈਨੂੰ ਲੱਗਦਾ ਹੈ ਕਿ ਚਲੋ ਬਹੁਤ ਉਹ ਸੀਨੀਅਰ ਬੰਦੇ ਨੇ, ਉਹਨਾਂ ਨੇ ਕੁਛ ਸੋਚ ਸਮਝ ਕੇ ਕੀਤਾ ਹੋਏਗਾ। ਮੈਨੂੰ ਲੱਗਦਾ ਹੈ ਕਿ ਇਹਨੂੰ ਏਡਾ ਇਸ ਗੱਲ ਨੂੰ ਉਛਾਲਣ ਦੀ ਕੋਈ ਜ਼ਰੂਰਤ ਨਹੀਂ ਸੀਗੀ। ਔਰ ਜਿਹੜਾ ਹੁਣ ਉਸ ਤੋਂ ਬਾਅਦ ਕਈ ਜਥੇਬੰਦੀਆਂ ਦੇ ਕੁਛ ਬਿਆਨ ਆ ਰਹੇ ਹੈ, ਕਿਸੇ ਦੇ ਕੁਛ ਬਿਆਨ ਆ ਰਿਹਾ, ਤੁਹਾਡੀ ਉਹਨਾਂ ਦੇ ਬਾਰੇ ਕੀ ਕਹਿਣਾ? ਕਿਉਂਕਿ ਪੰਜਾਬ ਦੇ ਵਿੱਚ ਛੋਟੀ ਜਿਹੀ ਵੀ ਘਟਨਾ ਹੁੰਦੀ ਹੈ, ਉਹਨੂੰ ਪੂਰਾ
ਭੜਕਾਉਣ ਦੀ ਕੋਸ਼ਿਸ਼ ਹੁੰਦੀ ਹੈ ਇਸ ਧਿਰ ਤੋਂ ਵੱਲੋਂ, ਉਸ ਧਿਰ ਤੋਂ ਵੱਲੋਂ, ਉਸਦੇ ਬਾਰੇ ਤੁਹਾਡਾ ਕੀ ਕਹਿਣਾ? ਕਿਉਂਕਿ ਪੰਜਾਬੀਅਤ ਨੂੰ ਕਿਤੇ ਨਾ ਕਿਤੇ ਹਿੱਟ ਕਰਦੀ ਹਰ ਚੀਜ਼ਾਂ। ਨਹੀਂ ਸਤਿੰਦਰ ਜੀ ਗਲਤ ਹੈ। ਦੇਖੋ ਏਦਾਂ ਤੇ ਭੜਕਾਣਾ ਸਿਰਫ ਪੰਜਾਬ 'ਚ ਨਹੀਂ ਹੋ ਰਿਹਾ, ਬਾਹਰ ਵੀ ਹੋ ਰਿਹਾ। ਬਹੁਤ ਹਾਂ ਸਾਰੇ ਲੋਕਾਂ ਨੇ ਇਹ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਹੁਣ ਸ੍ਰੀ ਹਰਿਮੰਦਰ ਸਾਹਿਬ ਜਾਵਾਂਗੇ ਹੀ ਨਹੀਂ। ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ ਤੇ ਆਹ ਜਿਹੜੇ ਕੰਮ ਹੁੰਦੇ ਨੇ ਨਾ, ਇਹ ਠੀਕ ਨਹੀਂ ਹੁੰਦੇ। ਕੋਈ ਇੱਕ ਇੰਸੀਡੈਂਟ ਹੋਇਆ, ਉਸ ਇੰਸੀਡੈਂਟ ਨੂੰ ਸਹੀ ਮੈਚਿਓਰਿਟੀ ਦੇ ਨਾਲ ਉਹਨੂੰ ਡੀਲ ਕਰਨਾ ਚਾਹੀਦਾ ਹੈ। ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣਾ ਭਾਈਚਾਰਾ ਹੀ ਖਰਾਬ ਕਰਨਾ ਸ਼ੁਰੂ ਕਰ ਦਈਏ ਤੇ ਕੋਈ ਆਪਣੀ ਨਿੱਜੀ ਕਿਸੇ ਸਵਾਰਥ ਦੇ ਵਾਸਤੇ ਅਸੀਂ ਆਪਣੇ ਕੀ ਕਹਿੰਦੇ ਨੇ ਆਪਣੇ ਰਿਸ਼ਤੇ ਹੀ ਖਰਾਬ ਕਰਨੇ ਸ਼ੁਰੂ ਕਰ ਦਈਏ। ਤੇ ਇਹ ਸਭ ਤੇ ਬਹੁਤ ਗਲਤ ਨੈਗੇਟਿਵ ਚੀਜ਼ਾਂ ਹੈਗੀਆਂ ਨੇ। ਇਹਨਾਂ ਚੀਜ਼ਾਂ ਕੋਲੋਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿ ਜੇ ਅਗਰ ਕੋਈ ਕਰ ਰਿਹਾ ਹੈ ਤੇ ਉਹਨੂੰ ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਜਿਹੜੀ ਚੀਜ਼ ਦੇ ਵਿੱਚ ਤੁਹਾਡਾ ਕੋਈ ਕੋਈ ਇਨਵੋਲਵਮੈਂਟ ਨਹੀਂ ਹੈ ਉਹਦੇ ਵਿੱਚ ਨਾ ਪਓ। SGPC ਦੀ ਤੇ ਉਸ ਬੱਚੀ ਦੀ ਆਪਸ ਦੇ ਵਿੱਚ ਉਹਨਾਂ ਦੀ ਹੈਗੀ ਹੈ ਕੋਈ ਇਸ਼ੂ ਹੈ ਤੇ ਉਹ ਆਪਣੇ ਆਪ ਉਹਨੂੰ ਰਿਜ਼ੋਲਵ ਕਰ ਲੈਣਗੇ। ਠੀਕ ਸਰ, ਮਤਲਬ ਕਿ ਅੱਜ ਦੇ ਵਿੱਚ ਵਿਸ਼ੇ ਦੇ ਵਿੱਚ ਕਰਨ ਸਾਹਿਬ ਤੁਸੀਂ ਸਾਨੂੰ ਬੜਾ ਅੱਛਾ ਦੱਸਿਆ ਵੀ, ਔਰ ਸਾਡੇ ਦਰਸ਼ਕਾਂ ਨੂੰ ਵੀ ਠੀਕ ਲੱਗੇਗਾ ਵੀ ਸਾਡਾ ਸੀ ਪੰਜਾਬ ਦਾ ਜਾਂ ਦੇਸ਼ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਪਣਾ ਭਾਈਚਾਰਾ ਖਰਾਬ ਨਾ ਕਰੀਏ, ਔਰ ਛੋਟੀ ਛੋਟੀ ਗੱਲਾਂ ਨੂੰ ਅਸੀਂ ਆਪਣੇ ਲੈਵਲ ਤੇ ਔਰ ਜਾਂ GPC ਲੈਵਲ ਤੇ ਜੋ ਹੋ ਸਕੇ ਉਹਨੂੰ ਉਸੇ ਲੈਵਲ ਤੇ ਹੈਂਡਲ ਕਰ ਲਈਏ ਤਾਂ ਕਿ ਕੋਈ ਉਸ ਚੀਜ਼ ਦਾ ਫਾਇਦਾ ਨਾ ਚੁੱਕ ਸਕੇ। ਕਰਨਾ ਸਾਹਿਬ ਤੁਸੀਂ ਸਾਡੇ ਸੱਦੇ ਤੇ ਆਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਸਤਿੰਦਰ ਜੀ, ਇੱਕ ਹੋਰ ਗੱਲ ਕਰਨੀ ਚਾਹੁੰਦਾ। ਦੇਖੋ ਬੜੀ ਜ਼ਰੂਰੀ ਗੱਲ ਹੈ ਕਿ ਜਦੋਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਸਾਨੂੰ ਇਹ ਸੋਚਣਾ ਸਤਿੰਦਰ ਜੀ ਕਿ ਜਿੱਦਾਂ ਹੁਣ ਮਤਲਬ ਜੋ ਅੱਜ ਕੱਲ੍ਹ ਦਾ ਨਵਾਂ ਮਾਹੌਲ ਸ਼ੁਰੂ ਹੋ ਗਿਆ, ਬੱਚੇ ਜਿਹੜੇ ਨੇ ਉਹ ਸਾਡੇ ਸਿਰਫ ਸਿੱਖ ਧਰਮ ਦੇ ਨਹੀਂ ਦੂਸਰੇ ਧਰਮ ਦੇ ਵਿੱਚ ਵੀ ਬੱਚੇ ਧਰਮ ਦੇ ਨਾਲ ਤੇ ਰਿਲੀਜਨ ਕੋਲੋਂ ਦੂਰ ਜਾਂਦੇ ਜਾ ਰਹੇ ਨੇ। ਤੇ ਸਾਡੇ ਵਾਸਤੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਨੂੰ ਅਸੀਂ ਇਹ ਰਿਸਪੋਂਸਿਬਿਲਿਟੀ ਦਿੱਤੀ ਹੋਈ ਹੈ, ਵੈਦਰ ਉਹ ਹਿੰਦੂ ਹੋਣ ਕ੍ਰਿਸਚਨ ਹੋਣ, ਉਹਨਾਂ ਦਾ ਇੱਕ ਕੰਮ ਬਣਦਾ ਹੈ ਕਿ ਉਹ ਬੱਚਿਆਂ ਨੂੰ ਦੂਰ ਜਾਣ ਤੋਂ ਇਹਨੂੰ ਚੰਗਾ ਉਹਨਾਂ ਨੂੰ ਮੋਟੀਵੇਟ ਕਰਨ। ਹੁਣ ਸਾਡੇ ਸਿੱਖ ਰਿਲੀਜਨ 'ਚ ਹੀ ਦੇਖ ਲਓ ਕਿ ਅੱਧੇ ਕਿੰਨੇ ਲੋਕ 50-60 ਫੈਮਿਲੀ ਜਿਹੜੀਆਂ ਨੇ, ਲੱਖ ਲੋਕ ਨੇ ਜੇ ਆਊਟ ਆਫ ਇੰਡੀਆ ਨੇ ਅੰਗਰੇਜ਼ੀ ਪੜ੍ਹਦੇ ਨੇ। ਤੇ ਪ੍ਰਬੰਧਕ ਦਾ ਕੰਮ ਹੁੰਦਾ SGPC ਦਾ, ਤੇ ਮੈਨੂੰ ਲੱਗਦਾ ਜਿਹੜੀ ਸਭ ਤੋਂ ਵੱਡਾ ਕੰਮ ਹੈ SGPC ਦਾ ਉਹ ਹੈ ਸਾਰਿਆਂ ਨੂੰ ਨਾਲ ਜੋੜਨ ਦਾ, ਪੂਰੀ ਸਿੱਖ ਕਮਿਊਨਿਟੀ ਤੇ ਬਾਕੀ ਸਾਰੀਆਂ ਕਮਿਊਨਿਟੀਜ਼ ਨੂੰ ਵੀ ਸਿੱਖੀ ਦੇ ਵੱਲ ਜੋੜਨ ਦਾ ਉਹਨਾਂ ਦਾ ਕੰਮ ਹੈ। ਤੇ ਉਹਨਾਂ ਨੂੰ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਘੱਟ ਤੋਂ ਘੱਟ 1 ਲੱਖ 2 ਲੱਖ ਗ੍ਰੰਥੀ ਤੇ ਪ੍ਰਚਾਰਕ ਤਿਆਰ ਕਰਨੇ ਚਾਹੀਦੇ ਨੇ ਤੇ ਪੂਰੀ ਦੁਨੀਆ 'ਚ ਭੇਜਣੇ ਚਾਹੀਦੇ ਨੇ ਤਾਂ ਕਿ ਉਹ ਲੋਕਾਂ ਨੂੰ ਪੰਜਾਬੀ ਸਿਖਾ ਸਕਣ ਤੇ ਉਹਨਾਂ ਨੂੰ ਗੁਰਬਾਣੀ ਦੱਸ ਸਕਣ। ਉਹ ਕੰਮ ਕਰਨਾ ਹੈ ਅਸੀਂ, ਸਾਡੇ ਬੱਚੇ ਜਿਹੜੇ ਨੇ, ਮੈਨੂੰ ਏਡਾ ਅਫਸੋਸ ਹੁੰਦਾ ਹੈ, ਮੇਰੇ ਘਰ ਵਾਲੇ ਵੀ ਸਾਰੇ ਬਾਹਰ ਗਏ ਹੋਏ ਨੇ ਤੇ ਉਹਨਾਂ ਨੂੰ ਮੈਂ ਪੁੱਛਦਾ ਰਹਿਣਾ ਸਾਰਿਆਂ ਨੂੰ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਗੁਰਬਾਣੀ ਦੇ ਬਾਰੇ ਸਿਖਾਉਂਦੇ ਹੋ, ਕੁਝ ਗੁਰੂਆਂ ਦੇ ਬਾਰੇ ਸਿਖਾਉਂਦੇ ਹੋ? ਕਹਿੰਦੇ ਜੀ ਘਰ ਹੀ ਸਿਖਾਉਂਦੇ ਹਾਂ ਕਿਉਂਕਿ ਗੁਰਦੁਆਰੇ ਦੇ ਵਿੱਚ ਕੋਈ ਅਸੀਂ ਸਾਨੂੰ ਇਨਵਾਇਰਮੈਂਟ ਨਹੀਂ ਮਿਲਦੀ। ਬੜਾ ਅਫਸੋਸ ਹੁੰਦਾ ਹੈ ਜਦੋਂ ਐਸੀ ਕੋਈ ਗੱਲ ਹੁੰਦੀ ਹੈ। ਤੇ ਦੂਸਰਾ ਹੁਣ ਤੁਸੀਂ ਬਾਕੀ ਸਾਨੂੰ ਦੇਖ ਲਓ, ਅਸੀਂ ਸਾਰੇ ਆਪਣੇ ਉਹਦੇ ਤੇ ਲਿਖਦੇ ਹਾਂ, ਬੜਾ ਪ੍ਰਾਊਡਲੀ ਲਿਖਦੇ ਹਾਂ ਨੈਸ਼ਨੈਲਿਟੀ ਕਿਸੇ ਵੀ ਫਾਰਮ ਤੇ, ਨੈਸ਼ਨੈਲਿਟੀ ਇੰਡੀਅਨ, ਉਹਦੇ ਬਾਅਦ ਲਿਖਨੇ ਆ ਰਿਲੀਜਨ ਸਿੱਖ। ਤੇ ਸਿੱਖ ਤੁਸੀਂ ਹੁਣ ਕੀ ਸਿੱਖ ਕਰ ਦਿੱਤਾ? ਕਿਸੇ ਨੂੰ ਸਹਿਜਦਾਰੀ ਕਰ ਦਿੱਤਾ? ਸਹਿਜਦਾਰੀ ਸਿੱਖਾਂ ਦੇ ਨਾਲ ਤੁਹਾਡੀ ਕੋਰਟ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ, ਕਿਸੇ ਨੂੰ ਪਤਿਤ ਬੁਲਾ ਦਿੰਦੇ ਹੋ। ਤੇ ਉਹ ਜਿਹੜੇ ਅਸੀਂ ਛੋਟੀ ਜਿਹੀ ਕਮਿਊਨਿਟੀ ਆ, 2-3-4 ਕਰੋੜ ਦੀ ਕਮਿਊਨਿਟੀ ਹੈਗੀ ਹੈ ਸਾਡੀ, ਉਹਦੇ ਵਿੱਚੋਂ 60% ਤੁਸੀਂ ਪਤਿਤ ਤੇ ਸਹਿਜਦਾਰੀ ਕਰਕੇ ਉਹਨਾਂ ਨੂੰ ਬਾਹਰ ਕਰ ਦਿੱਤਾ ਤੇ ਰਹਿ ਕੀ ਗਿਆ ਫਿਰ ਉਹਦੇ ਬਾਅਦ? ਸਾਡਾ ਤੇ ਕੰਮ ਹੈ ਕਿ ਅਸੀਂ ਰਿਲੀਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ
ਤੇ ਸਾਡੇ ਚਾਰੋਂ ਧਾਮ ਖੁੱਲੇ ਹੁੰਦੇ ਨੇ। ਸਾਡਾ ਕੰਮ ਹੈ ਪੂਰੀ ਦੁਨੀਆ ਨੂੰ ਜੋੜਨ ਦਾ, ਸਾਡਾ ਕੰਮ ਇਹ ਨਹੀਂ ਹੈ ਕਿ ਅਸੀਂ ਸਾਰਿਆਂ ਨੂੰ ਤੋੜ ਕੇ ਤੇ ਛੋਟੇ ਹੁੰਦੇ 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 ਬਿਲਕੁਲ ਆਪਣੇ ਆਪ ਨੂੰ ਛੋਟਾ ਕਰ ਲਈਏ, ਇਹ ਸਾਡਾ ਕੰਮ ਨਹੀਂ ਹੈ। ਸੋ ਮੇਰੀ ਇਹ ਰਿਕੁਐਸਟ ਹੈ ਕਿ ਅਸੀਂ ਸਾਰੇ ਸਿੱਖ ਭਰਾ, ਸਾਨੂੰ ਇੱਕ ਗੁਰੂਆਂ ਦੀ ਦਾਤ ਹੈ ਕਿ ਅਸੀਂ ਏਡੇ ਚੰਗੇ ਰਿਲੀਜਨ ਦੇ ਵਿੱਚ ਇਸ ਤਰੀਕੇ ਨਾਲ ਪੈਦਾ ਹੋਏ ਹਾਂ, ਤੇ ਅਸੀਂ ਇਸ ਰਿਲੀਜਨ ਨੂੰ ਬੜਾਉਣ ਦੀ ਕੋਸ਼ਿਸ਼ ਕਰੀਏ, ਇਹਨੂੰ ਛੋਟਾ ਕਰਨ ਦੀ ਕੋਸ਼ਿਸ਼, ਇਹਨੂੰ 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 ਸ਼ਰਿੰਕ ਕਰਨ ਦੀ ਕੋਸ਼ਿਸ਼ ਨਾ ਕਰੀਏ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਲਈਏ। ਜਿਹੜਾ ਦੁਨੀਆ ਹੈ ਉਹ ਬਦਲ ਗਈ ਹੈ, ਉਹ ਜਿਹੜੀ ਬਦਲੀ ਹੋਈ ਦੁਨੀਆ ਨੇ ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਹਨੂੰ ਆਪਣੇ ਨਾਲ ਜੋੜੀਏ। ਕਰਨ ਸਾਹਿਬ, ਤੁਸੀਂ ਤੁਹਾਡੀ ਅਸੀਂ ਗੱਲ ਸੁਣੀ ਹੈ, ਸਾਡੇ ਦਰਸ਼ਕ ਵੀ ਸੁਣ ਰਹੇ ਹੈ, ਤੇ ਸਾਡੇ ਦਰਸ਼ਕਾਂ ਨੂੰ ਵੀ ਸਾਡੀ ਅਪੀਲ ਵੀ ਹੈ, ਜੇ ਤੁਹਾਨੂੰ ਸਾਡੀ ਗੱਲਾਂ ਚੰਗੀਆਂ ਲੱਗਦੀਆਂ, ਕਰਨ ਸਾਹਿਬ ਦਾ ਟੇਕ ਠੀਕ ਲੱਗਦਾ ਹੈ, ਤੇ ਇਹਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਕਰਨ ਸਾਹਿਬ, ਤੁਸੀਂ ਸਾਡੇ ਸੱਦੇ ਤੇ ਆਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ। ਥੈਂਕ ਯੂ ਸਤਿੰਦਰ ਜੀ, ਥੈਂਕ ਯੂ। ਮੈਂ ਤੇ ਆਪਣੇ ਦਿਲ ਦੀ ਗੱਲ ਕਰ ਦਿੱਤੀ, ਬਾਕੀ ਦੇਖੋ ਕਿੱਦਾਂ ਲੱਗਦੀ ਲੋਕਾਂ ਨੂੰ। ਹਾਂ, ਅੱਛੀ ਲੱਗੀ। ਥੈਂਕ ਯੂ।